ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੀ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ YouTube ਤੇ ਮੋਨਟਾਈਜ਼ੇਸ਼ਨ ਦੇ ਲਈ ਹੁਣ 1000 ਨਹੀਂ ਸਿਰਫ 1000 ਸਬਸਕ੍ਰਾਈਬਰਸ ਹੋਣੇ ਚਾਹੀਦੇ ਨੇ ਪੋਰਸ ਟਾਈਮ ਵੀ ਹੋਇਆ ਕੱਟ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾਲ ਲੋਕਾਂ ਨੇ ਚੱਲਣ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਵਾਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਅਸੀਂ ਸਾਰੇ ਜਾਣਦੇ ਹਾਂ ਕਿ YouTube ਤੋਂ ਪੈਸੇ ਕਮਾਉਣ ਲਈ ਚੈਨਲ ਤੇ ਚੰਗੇ ਵਿਊਜ਼ ਤੇ ਸਬਸਕ੍ਰਾਈਬਰ ਹੋਣੇ ਚਾਹੀਦੇ ਨੇ ਚੈਨਲ ਉਦੋਂ ਹੀ ਮੋਨਟਾਈਜ਼ ਹੁੰਦਾ ਹੈ ਜਦੋਂ ਘੱਟੋ ਘਾਟ 1000 ਸਬਸਕ੍ਰਾਈਬਰਸ ਹੁੰਦੇ ਨੇ ਅਤੇ 4000 ਘੰਟੇ ਦਾ ਵਾਚ ਟਾਈਮ ਪੂਰਾ ਹੁੰਦਾ ਹੈ ਜੀ ਹਾਂ ਇਸ ਤੋਂ ਬਾਅਦ ਜਦੋਂ ਵਿਅਕਤੀ YouTube ਦੇ T&C ਨੂੰ ਸਵੀਕਾਰ ਕਰਦਾ ਹੈ ਤਾਂ ਉਸ ਤੋਂ ਬਾਅਦ ਉਸਦੀ ਕਮਾਈ ਸ਼ੁਰੂ ਹੁੰਦੀ ਹੈ ਤੇ ਹੁਣ ਕੰਪਨੀ ਆਪਣੇ ਮੋਨਟਾਈਜ਼ ਪੋਲਿਸੀ 'ਚ ਬਦਲਾਅ ਕਰਨ ਜਾ ਰਹੀ ਹੈ ਜੀ ਹਾਂ ਹੁਣ ਸਿਰਫ ਜੀ ਹਾਂ 500 ਸਬਸਕ੍ਰਾਈਬਰ ਚਾਹੀਦੇ ਨੇ ਅਤੇ 3000 ਘੰਟੇ ਦਾ ਵਾਚ ਟਾਈਮ ਦੀ ਲੋੜ ਹੋएगी ਨਾਲ ਹੀ ਪਿਛਲੇ 90 ਦਿਨਾਂ ਦੇ ਵਿੱਚ ਚੈਨਲ ਤੇ ਪਬਲਿਕ ਕੀਤੇ ਗਏ ਵੀਡੀਓਜ਼ ਹੋਣੀਆਂ ਚਾਹੀਦੀਆਂ ਨੇ ਜੀ ਹਾਂ ਸ਼ੋਰਟ ਦੇ ਲਈ ਨਿਯਮ ਹੈ ਹੁਣ ਤੱਕ ਸ਼ੋਰਟ ਤੋਂ ਕਮਾਈ ਕਰਨ ਲਈ ਅਕਾਊਂਟ ਤੇ ਕਟੋ-ਕਟਾ 10 ਮਿਲੀਅਨਸ ਵਿਊਜ਼ ਹੋਣੇ ਚਾਹੀਦੇ ਨੇ ਪਰ ਹੁਣ 90 ਦਿਨਾਂ ਦੇ ਵਿੱਚ ਕੰਪਨੀ ਵੱਲੋਂ ਸਿਰਫ 3 ਮਿਲੀਅਨਸ ਵਿਊਜ਼ ਹੋਣੇ ਚਾਹੀਦੇ ਨੇ ਜਿਸ ਤੋਂ ਬਾਅਦ ਉਹ ਸ਼ੋਰਟ ਤੋਂ ਵੀ ਕਮਾਈ ਕਰ ਸਕਣਗੇ ਜੀ ਹਾਂ ਜਦੋਂ ਕੋਈ ਯੂਜ਼ਰ ਇਸੇ ਨਾਮ ਆਬਰੰਡਾ ਨੂੰ ਬਾਸ ਕਰਦਾ ਹੈ ਤਾਂ ਉਸਦੇ ਖਾਤਾ YPP ਦੇ ਤਹਿਤ ਮੋਨਟਾਈਜ਼ ਲਈ ਤਿਆਰ ਹੋ ਜਾਂਦਾ ਹੈ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ